ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅੰਮ੍ਰਿਤਸਰ ਦੇ ਫਤਾਹਪੁਰ ਇਲਾਕੇ 'ਚ ਦਲਿਤ ਸਮਾਜ ਤੇ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਰਾਤ ਦੇ ਸਮੇਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਕੁਝ ਹਥਿਆਰਬੰਦ ਹਮਲਾਵਾਰਾਂ ਨੇ ਰਾਤ ਦੇ ਸਮੇਂ ਪਹਿਲਾਂ ਤਾਂ ਗਲੀ ਵਿੱਚ ਆ ਕੇ ਉਹਨਾਂ ਨੂੰ ਜਾਤੀਵਾਚਕ ਗਾਲਾਂ ਕੱਢੀਆਂ ਤੇ ਫਿਰ ਗੋਲੀਆਂ ਚਲਾਈਆਂ ਅਤੇ ਬਾਅਦ ਵਿੱਚ ਨੌਜਵਾਨ ਆਪਣੀ ਕਾਰ ਆਪ ਹੀ ਭੰਨ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਕੋਈ ਕਾਰਵਾਈ ਨਾ ਕਰਨ ਤੇ ਪੁਲਿਸ ਖਿਲਾਫ ਇਲਾਕਾ ਵਾਸੀਆਂ ਨੇ ਧਰਨਾ ਦੇਣ ਦੀ ਵੀ ਗੱਲ ਕੀਤੀ ਹੈ। ਕੀ ਮਸਲਾ ਜੀ ਮਾਤਾ ਜੀ ਤੇ ਕੀ ਤੁਹਾਡਾ ਨਾਮ? ਨਾ ਭਾਜੀ, ਆਏ ਆ ਜੱਗਾ ਜਿਹੜਾ ਨਾ ਜੱਗੂ ਜਿਹੜਾ ਤਰਖਾਣਾ ਦਾ, ਇਹਨੇ ਸਾਡੇ ਮੁੰਡੇ ਨੂੰ ਗਾਲਾਂ ਕੱਢੀਆਂ। ਇਹ ਮੁੰਡੇ ਨੂੰ ਕਿਹਾ ਤੁਹਾਡਾ ਆਕਾਸ਼ ਬਦਮਾਸ਼ ਕਿੱਥੇ ਗਿਆ ਆ, ਹੁਣ ਤੇ ਕਿਤੇ ਦੀਦਾ ਹੀ ਨਹੀਂ ਆ, ਹੁਣ ਕਿੱਥੇ ਕੱਲ ਦਿੱਤਾ ਓ ਉਹ ਮੁੜ ਕੇ ਭੈਣਾਂ ਦੀਆਂ ਗਾਲਾਂ। ਕਿੰਨੇ ਕਿਹਾ ਤੁਹਾਨੂੰ ਕੀ ਨਾਂ ਸੀ ਉਹਦਾ? ਜੱਗੂ ਤਰਖਾਣਾ ਰਹਿਣ ਵਾਲਾ ਜੀ, ਤਰਖਾਣਾ ਦਾ, ਇੱਥੋਂ ਦਾ ਰਹਿਣ ਵਾਲਾ। ਓਕੇ, ਇਹ ਪੁਰਾਣੀ ਰੰਜਿਸ਼ ਸੀ ਜਾਂ ਕੀ ਗੱਲ ਹੈ? ਇਹਨਾਂ ਤਜਾ ਹੱਲਾ ਕੀਤਾ ਇਹਨੇ ਜੱਗੂ ਨੇ, ਇਸ ਤੋਂ ਪਹਿਲੇ ਵੀ ਇਹਨੇ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ। ਹਾਂ, ਤੇ ਇਹਨਾਂ ਮੁੜ ਕੇ ਬੂਹੇ ਅੱਗੇ ਗਏ ਆ, ਮੁੜ ਕੇ ਰੋੜੇ ਮਾਰ ਕੇ ਆਏ। ਚਾਰ ਗੱਡੀਆਂ ਇਸ ਗੱਡੀ ਦੇ ਵਿੱਚ ਇੱਥੇ ਆ ਰਹੇ ਆ, ਮੁੜ ਕੇ ਸਾਡੇ ਬੂਹੇ ਅੱਗੇ ਰੋੜਾ ਮਾਰ ਕੇ ਆਏ ਆ, ਰੋੜੇ ਇਹਨਾਂ ਮਾਰ ਕੇ ਫਿਰ ਇਹ ਗੱਡੀਆਂ ਭਜਾ ਕੇ ਲੈ ਆਏ ਆ, ਮੁੜ ਕੇ ਇਹਨਾਂ ਚਲਾਈਆਂ ਗੋਲੀਆਂ, ਗੋਲੀਆਂ ਚਲਾਈਆਂ, ਫਿਰ ਇਹਨਾਂ ਸਾਨੂੰ ਆਖਿਆ ਚੂੜਿਓ ਨਿਕਲੋ ਬਾਹਰ, ਤੁਹਾਡੀ ਜਿਹੜੀਆਂ ਟੁੱਟੀਆਂ ਨੂੰ ਚੂੜੇ ਦਾ ਸਵਾਹ ਹੈ, ਬੋਲਦੇ ਨਹੀਂ, ਬੋਲਦੇ ਨਹੀਂ। ਮੁੜ ਕੇ ਇਹਨਾਂ ਤਿੰਨ ਫੈਲ ਕੀਤੇ ਤੁਹਾਡੀ ਜਾਤੀ ਦੇ ਖਿਲਾਫ ਬੋਲੇ ਨੇ। ਹਾਂਜੀ ਹਾਂਜੀ ਹਾਂਜੀ, ਸਾਨੂੰ ਇਹਦਾ ਮਸਲਾ ਜਹਲ ਹੋਣਾ ਚਾਹੀਦਾ। ਕੀ ਗਾਲਾਂ ਕੀ ਕੱਢਦੇ ਰਹੇ ਨੇ ਜੀ? ਕੁੜੀਆਂ ਦੀਆਂ, ਤੁਹਾਡੀਆਂ ਕੁੜੀਆਂ ਨੂੰ ਜਈਏ। ਨਹੀਂ, ਜਾਤੀ ਦੇ ਖਿਲਾਫ ਕੀ ਬੋਲੇ ਨੇ? ਚੂੜਿਓ, ਤੁਹਾਡੀ ਕੁੜੀ ਨੂੰ ਚੂੜਿਓ, ਇੱਧਰ ਨਿਕਲੋ ਬਾਹਰ। ਉਂਝ ਕਰਨਾ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਕੋਈ ਨਹੀਂ ਸਾਡੀ ਸੁਣਾਈ, ਕੋਈ ਨਹੀਂ ਸੁਣੀ। ਪੁਲਿਸ ਨੂੰ ਦਰਖਾਸਤ ਕਦੋਂ ਦਿੱਤੀ? ਦਰਖਾਸਤ ਦਿੱਤੀ ਮੈਂ, ਦਰਖਾਸਤ ਜਦੋਂ ਜੱਗੂ ਨੇ ਗਾਲਾਂ ਕੱਢੀਆਂ ਨਾ, ਜੱਗੂ ਨੇ ਗਾਲਾਂ ਕੱਢੀਆਂ ਆ, ਮੈਂ ਉਸੇ ਵੇਲੇ ਦਰਖਾਸਤ ਦੇ ਆਈ। ਮੈਂ ਗਾਂ ਲੜਾਈ ਹੋਣੀ ਚਾਹੀਦੀ ਨਹੀਂ, ਮੈਂ ਉਸੇ ਵੇਲੇ ਦਰਖਾਸਤ ਦੇ ਆਈ ਹਾਂ, ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ। ਮੈਂ ਗਾਂ ਲੜਾਈ ਨਾ ਵਧੇ, ਆਹ ਮੁੰਡਾ ਇੱਥੋਂ ਹੈਗਾ, ਉਹਨੇ ਜਾ ਕੇ ਆਖਿਆ ਆਕਾਸ਼ ਤੂੰ ਮੇਰਾ ਯਾਰ ਦੋਸਤ ਆ, ਲੜਾਈ ਨਹੀਂ ਕਰਨੀ ਆਪਾਂ, ਤੇ ਆਕਾਸ਼ ਨੇ ਆਖਿਆ ਠੀਕ ਆ। ਇਹਨਾਂ ਮੁੜ ਕੇ ਮਸਲਾ ਬੰਨ ਕੇ ਸਾਰੇ ਆ ਗਏ ਆ। ਇਹ ਜਿਹੜੀ ਗੱਡੀ ਲੱਗੀ ਹੈ ਜੀ, ਇਹਦਾ ਪਤਾ ਕੀਤਾ ਤੁਸੀਂ ਕਿੱਥੋਂ ਦੀ ਗੱਡੀ ਹੈ? ਇਹ ਗੱਡੀ ਹਥਿਆਰ ਆਏ ਸੀ ਸ਼ਹਿਰ ਦੀ ਆ ਕਿਤੇ, ਤੇ ਹਥਿਆਰ ਆਏ ਇਹਨਾਂ ਦੇ। ਪੁਲਿਸ ਵੇਖ ਕੇ ਗਈ ਗੱਡੀ ਹੈ? ਹਾਂ, ਵੇਖ ਕੇ ਗਈ ਆ। ਹਾਂ ਬੇਟਾ, ਗੱਡੀ ਜਾਣ ਨਹੀਂ ਦੇਣੀ। ਕੀ ਮੰਗ ਕੀ ਕਰਦੇ ਹੋ ਸਰਕਾਰ ਕੋਲ? ਆਈ ਗੱਡੀ ਜਾਣ ਦੇਣ ਨੂੰ ਬਸ, ਕੱਟ ਕਰੇ ਇੱਕ ਮਿੰਟ। ਚਲੋ, ਕੀ ਮੰਗ ਕੀ ਕਰਦੇ ਜੀ ਮਾਤਾ? ਮੰਗ ਇਹ ਕਰਨੀ ਆ ਨਾ ਹੀ ਗੱਡੀ ਜਾਣ ਦੇਣੀ ਆ, ਤੇ ਜਿੰਨੇ ਚਿਰ ਸਾਡੀ ਕੋਈ ਸੁਣਾਈ ਨਾ ਹੋਈ, ਜੇ ਸਾਡੀ ਕਿਸੇ ਨੇ ਨਾ ਸੁਣਾਈ ਕਿਤੇ ਸਾਰਾ ਟੱਬਰ ਮਰ ਜਾਵਾਂਗੇ ਕੁਛ ਖਾ ਕੇ, ਇਹਨਾਂ ਦੇ ਨਾਲ ਲੱਗਣਾ ਸੀ ਬਸ। ਕਿੰਨਾ ਦੇ ਨਾਲ ਲੱਗੋਗੇ ਜੀ? ਕਿੰਨਾ ਇਹਨਾਂ ਦੇ ਜੱਗੂ ਨਾਲ ਦੇ ਵੀ, ਤੇ ਜਿਹੜੇ ਜੱਗੂ ਦੇ ਨਾਲ ਮੁੰਡੇ ਆ ਉਹਨਾਂ ਦੇ ਨਾਲ ਵੀ ਸਾਰੇ। ਕਿੰਨਾ ਕੀ ਆ ਜੀ ਹੋਰ ਕਿਹਾਂ ਦੇ ਨਾਂ ਜਿਹੜੇ ਨਾਲ ਲੈ ਕੇ? ਨਾਈਆਂ ਦਾ ਆਪਾਂ ਨਾਂ ਦਾ ਤਿੰਨਾ ਚੌਂ ਜਾਣਿਆ ਮੁੰਡਿਆਂ ਦਾ ਪਤਾ ਆ। ਜੇ ਤੁਹਾਡੀ ਕੋਲ ਕਿੰਨੇ ਮੁੰਡੇ ਸੀ? ਜਿਹੜਾ ਕਾਲੂ ਆ ਉਹਨੇ ਗੋਲੀਆਂ ਚਲਾਈਆਂ, ਉਹ ਖੁਦ ਲੋਕਾਂ ਨੂੰ ਕਹਿੰਦਾ ਫਿਰਦਾ, ਵੇਖਿਆ ਮੈਂ ਗੋਲੀਆਂ ਚਲਾਈਆਂ ਆ ਕਿ ਨਹੀਂ ਚਲਾਈਆਂ? ਕੀ ਹਥਿਆਰ ਸੀ ਜੀ ਉਹਨਾਂ ਦੇ ਕੋਲ? ਤਿੰਨ ਫੈਲ ਕੀਤੇ ਉਹਨਾਂ ਨੇ ਕੈਮਰੇ ਦੇ। ਕੀ ਹਥਿਆਰ ਸੀ ਉਹਨਾਂ ਕੋਲ ਜੀ? ਹਥਿਆਰ ਜਿਹੜੇ ਆ ਹੁਣ ਸਵੇਰੇ ਵੀ ਨੰਗੇ ਹੋਵੇ ਉਹਨਾਂ ਕੋਲ ਹਥਿਆਰ ਹੈਗੇ ਸੀ, ਤੇ ਪਸਤੌਲ ਸੀ ਇਹਨਾਂ ਕੋਲ। ਇਹ ਪੁਲਿਸ ਦੇ ਸਾਹਮਣੇ ਸਾਰਾ ਕੁਝ ਹੋਇਆ ਜੀ? ਜਦੋਂ ਪੁਲਿਸ ਵਾਲੇ ਆਏ ਆ ਇਹਨਾਂ ਇੰਨਾ ਸਾਨੂੰ ਬਕਾ ਕੀਤਾ, ਇੰਨਾ ਬਕਾ ਕੀਤਾ, ਕੋਈ ਪੁਲਿਸ ਵਾਲਾ ਕੁਲਿਆ ਨਹੀਂ ਆ। ਇਹ ਪੁਲਿਸ ਕੋਲ ਸੀ ਜੀ ਉਸ ਟਾਈਮ? ਹਾਂ, ਕੋਈ ਹੀ ਪੁਲਿਸ ਵਾਲੇ, ਕੋਈ ਸੁਣਾਈ ਨਹੀਂ ਕੀਤੀ। ਰਾਤੀ ਵੀ ਕਿਦੋਂ ਗਾਲਾਂ ਕੱਢੀਆਂ? ਕੀ ਸਮਝਦੇ ਹੋ ਇਹਨੂੰ ਕਿ ਜਿਹੜੀ ਨਿਚਲੀ ਜਾਤੀ ਆ ਦਲਿਤ ਪਰਿਵਾਰ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਜੀ? ਨਾ, ਸਾਨੂੰ ਕੋਈ ਨਹੀਂ ਮਿਲਣ ਦਿਆ। ਦਲਿਤ ਪਿਛਿਆ ਦਾ ਪਿਛਿਆ ਜਾਂਦਾ ਪਿਆ। ਹਾਂਜੀ, ਇਹਨਾਂ ਅੱਗੇ ਵੀ ਸਾਡੇ ਘਰ ਰੋੜੇ ਮਾਰ ਕੇ ਆਏ ਆ, ਪਹਿਲਾਂ ਵੀ ਅਸੀਂ ਤਿੰਨੇ ਮਾਵਾਂ ਧੀਆਂ ਘਰ, ਸਾਡੇ ਘਰ ਕੋਈ ਨਹੀਂ ਹੁੰਦਾ ਮੁੰਡਾ, ਇਹਦੇ ਪਹਿਲਾਂ ਸਾਡੇ ਬੂਹੇ ਅੱਗੋਂ ਚੁੱਪ ਕਰਕੇ ਲੰਘ ਆਏ ਆ, ਜਦੋਂ ਇਹ ਖੰਭੇ ਲਾਗੇ ਆਏ ਆ ਇਹਨਾਂ ਸਾਨੂੰ ਗਾਲ ਇੰਨੀ ਵਰਾਈ ਆ, ਮੁੜ ਕੇ ਅਸੀਂ ਤਿੰਨੇ ਮਾਵਾਂ ਧੀਆਂ ਕੋਠੇ 'ਤੇ ਚੜੀਆਂ, ਅਸੀਂ ਰੋੜੇ ਮਾਰ ਕੇ ਇਹਨਾਂ ਨੂੰ ਭਜਾਇਆ, ਫਿਰ ਇਹ ਭੱਜੇ ਆ। ਜੇਕਰ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ, ਕੋਈ ਅਗਲਾ ਸਟੈਪ ਤੁਹਾਡਾ ਹੋਏਗਾ ਜੀ? ਹੋਏਗਾ ਵੀ। ਕੀ ਕਰੋਗੇ ਤੁਸੀਂ? ਅਸੀਂ ਫਿਰ ਜੇ ਨਾ ਕਰਨਗੇ ਅਸੀਂ ਇਹੋ ਕੁਛ ਕਰਨਾ, ਅਸੀਂ ਤਾਂ ਕੁਛ ਖਾ ਕੇ ਮਰ ਜਾਣਾ ਬਸ, ਤੇ ਇਹਨਾਂ ਦੇ ਨਾਂ ਹੀ ਲੱਗਣਾ ਬਸ। ਕੌਣ ਹੋਏਗਾ ਜੀ? ਇਹੋ ਹੀ ਹੋਣਗੇ ਬਸ, ਜੱਗੂ ਨੇ। ਕੀ ਮਸਲਾ ਹੋਇਆ ਜੀ ਸਾਰਾ ਜੀ ਲੜਾਈ ਦਾ? ਪਤਾ ਨਹੀਂ, ਸਾਡੇ ਤੇ ਡੈਡੀ ਵੀ ਕਦੇ ਹੁੰਦਾ ਨਾ, ਭਰਾ ਹੀ ਹੁੰਦੇ। ਇਹ ਤਿੰਨ ਵਾਰੀ ਹੋ ਗਿਆ ਇਹ ਹੱਲਾ ਕਰਦੇ ਨੇ ਇਹਨਾਂ ਨੂੰ, ਇਹ ਹਰ ਵਾਰੀ ਲੜਾਈ ਛੇੜ ਕੇ ਲੰਘਦੇ ਆ। ਜੱਗੂ ਜਿਹੜਾ, ਕਾਲੀ, ਹੋਰ ਵੀ ਤਿੰਨ ਚਾਰ ਮੁੰਡੇ ਆ, ਇਹ ਹੱਦ ਦੇ ਨਹੀਂ ਕਲੇਸ਼ ਕਰਨਾ। ਕਿੱਥੋਂ ਦੇ ਰਹਿਣ ਵਾਲੇ ਨੇ? ਇੱਥੋਂ ਦੇ ਆ ਰਹਿਣ ਵਾਲੇ, ਫਤਾਹਪੁਰ ਦੇ ਕੰਮ ਕਰਦੇ ਨਹੀਂ, ਸਾਨੂੰ ਪਤਾ ਕੀ ਕਰਦੇ, ਵਾਰਾਗਰਦੀ ਕਰਦੇ ਹੋਣਗੇ ਜਿਹੜੇ ਲੜਾਈਆਂ ਕਰਦੇ, ਹੋਰ ਇਹਨਾਂ ਨੇ ਕੀ ਕਰਨਾ? ਇਹ ਤੋਂ ਇਲਾਵਾ ਇਹਨਾਂ ਕੋਲ ਕੰਮ ਵੀ ਕੀ ਆ? ਇਹਨਾਂ ਨੂੰ ਇਹ ਵਾ ਕਿ ਅਸੀਂ ਬੜੇ ਹਥਿਆਰ ਆ, ਹੜਕੋ ਅਸੀਂ ਜੱਟ ਆ, ਤੇ ਪਤਾ ਨਹੀਂ ਅਸੀਂ ਕੀ ਕਰ ਲੈਣਾ ਵਾ। ਤੁਹਾਡੀ ਜਾਤੀ ਦੇ ਖਿਲਾਫ ਵੀ ਬੋਲੇ? ਬੋਲੇ ਬਹੁਤ ਜ਼ਿਆਦਾ ਬੋਲੇ ਰਾਤ, ਇਹ ਚੂੜਿਓ ਬਾਹਰ ਨਿਕਲੋ, ਫਲਾਨੀ ਗੱਲ ਬਾਹਰ ਨਿਕਲੋ, ਕੀ ਗੱਲ 'ਚ ਅਸੀਂ ਚੂੜੇ, ਅਸੀਂ ਕੁਝ ਨਹੀਂ ਕਰ ਸਕਦੇ, ਇਹਦਾ ਮਤਲਬ ਅਸੀਂ ਬੜਾ ਕੁਝ ਕਰ ਸਕਦੇ ਹਾਂ। ਜੇ ਰਾਤੀ ਸਾਨੂੰ ਮੁਹੱਲੇ ਵਾਲੇ ਨਾ ਬਚਾਉਂਦੇ, ਜਿਸ ਤਰ੍ਹਾਂ ਫਿਰ ਰਾਤੀ ਕਿਸ ਤਰ੍ਹਾਂ ਗੋਲੀ ਚਲਾਉਂਦੇ ਸੀ, ਤੇ ਕੁਝ ਵੀ ਹੋ ਸਕਦਾ ਸੀ।
ਜੱਟਾਂ ਦੀ ਗੱਡੀ ਉਹ ਤੇ ਮੈਨੂੰ ਪਤਾ ਜੱਟਾਂ ਦੀ ਆ ਇਹ ਜਿਹੜੀ ਗੱਡੀ ਇੱਥੋਂ ਦੀ ਵੀ ਨਹੀਂ ਆ ਵਾਹਿਗੁਰੂ ਸਿਟੀ ਦੀ ਗੱਡੀ ਆ ਇੱਥੇ ਕੀ ਕਰਨ ਆਈ ਇਹ ਗੱਡੀ ਇਹਦੇ ਵਿੱਚ ਚਾਰ ਗੱਡੀਆਂ ਆਈਆਂ ਇਹਦੇ ਵਿੱਚ ਹਥਿਆਰ ਹੀ ਇਹ ਇੱਕ ਗੱਡੀ ਲਾਸਟ ਉਹ ਭੱਜ ਗਏ ਇਹ ਗੱਡੀ ਰਹਿ ਗਈ ਇਹਨਾਂ ਨੇ ਆਪੇ ਤੋੜ ਤੂੜ ਕੇ ਗੱਡੀ ਇੱਥੇ ਲਾਤੀ ਇਹਨਾਂ ਨੇ ਬਾਅਦ 'ਚ ਤੋੜ ਕੇ ਪੁਲਿਸ ਰਿਪੋਰਟ ਕੀਤੀ ਹੈ ਪੁਲਿਸ ਰਿਪੋਰਟ ਕੀਤੀ ਉਹਨਾਂ ਨੇ ਸਾਡੀ ਕੁਝ ਨਹੀਂ ਸੁਣਾਈ ਕੀਤੀ ਰਾਤ ਦੀ ਰਾਤੀ ਵੀ ਕਰਕੇ ਆਏ ਸਵੇਰੇ ਉਹਨਾਂ ਨੇ ਸਾਡਾ ਕੁਝ ਨਹੀਂ ਸੁਣਾਈ ਕੀਤੀ ਕੁਝ ਨਹੀਂ ਮੰਗ ਨਹੀਂ ਪੂਰੀ ਹੁੰਦੀ ਅਗਲਾ ਸਟੈਪ ਹੋਏਗਾ ਜੀ ਤੁਹਾਡਾ ਕੋਈ ਹਾਂ ਹੋਊਗਾ ਜੇ ਨਾ ਕਰਨਗੇ ਤੇ ਕੀ ਕਰੋਗੇ ਤੁਸੀਂ ਅੱਗੇ ਅਸੀਂ ਕਰ ਕੁਝ ਕਰਾਂਗੇ ਜੇ ਸਾਡਾ ਨਾ ਕੋਈ ਸੁਣਾਈ ਹੋ ਗਈ ਅਸੀਂ ਆਪਣਾ ਕੋਈ ਸਟੈਪ ਚੁੱਕਾਂਗੇ ਜੇ ਕੋਈ ਨਾ ਕਰੂਗਾ ਸਾਡੀ ਸੁਣਾਈ ਤੇ ਦੂਜੇ ਪਾਸੇ ਚੌਂਕੀ ਫਤਿਹਪੁਰ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਸਾਹਮਣੇ ਇਹ ਆਇਆ ਕਿ ਦੋਨੋਂ ਪਾਰਟੀਆਂ ਹੀ ਕਸੂਰਵਾਰ ਨੇ ਤੇ ਦੋਨਾਂ ਪਾਰਟੀਆਂ ਤੇ ਵੱਖ ਵੱਖ ਧਰਾਵਾਂ ਲਗਾ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਸਰ ਜਿਹੜਾ ਬੀਤੀ ਰਾਤ ਫਤਿਹਪੁਰ ਪਿੰਡ 'ਚ ਹਮਲਾ ਆਇਆ ਕੁਛ ਨੌਜਵਾਨਾਂ ਵੱਲੋਂ ਤੇ ਕੀ ਉਹਦੇ 'ਤੇ ਕਾਰਵਾਈ ਕੀਤੀ ਹੈ ਗੱਡੀ ਗੁੱਡੀ ਤੋੜੀ ਸਮਰਪਾਲ ਦੀ ਕੰਪਲੇਂਟ 'ਤੇ ਦੋਸ਼ੀਆਂ ਦੇ ਖਿਲਾਫ ਜਿਹੜਾ ਵਾ ਬਾਅਦ ਤਸਦੀਕ ਮੁਕੱਦਮਾ ਦਰਜ ਹੋ ਗਿਆ ਇਹਨਾਂ ਦੀ ਐਕਚੁਲੀ ਪਹਿਲਾਂ ਹੀ ਇਹਨਾਂ ਦੀ ਆਪਸ 'ਚ ਲਾਗ ਡਾਟ ਚੱਲਦੀ ਆਉਂਦੀ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਦੇ ਕੰਪਰੋਮਾਈਜ਼ ਹੋਏ ਆ ਅਤੇ ਉਹ ਕੱਲ੍ਹ ਫਿਰ ਕਿਤੇ ਦੋਨੋਂ ਪਾਰਟੀਆਂ ਜਿਹੜੀਆਂ ਆਪਸ 'ਚ ਕਹਿ ਰਹੀਆਂ ਫੈਕਟਸ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਕੇਸ ਰਜਿਸਟਰਡ ਹੋ ਗਿਆ ਜਿਹੜੀ ਦਲਿਤ ਸਮਾਜ ਦੇ ਲੋਕ ਆ ਕੁਛ ਉਹ ਕਹਿੰਦੇ ਸਾਨੂੰ ਸਾਡੇ ਸਮਾਜ ਪ੍ਰਤੀ ਗਾਲਾਂ ਕੱਢੀਆਂ ਫਾਇਰ ਕੀਤੇ ਦੂਸਰੀ ਪਾਰਟੀ ਨੇ ਗੋਰੇ ਹੋਣਾ ਤੁਹਾਨੂੰ ਨੇ ਜਿਹੜੇ ਜੱਟ ਹੈ ਪਿੰਡ ਵਾਲਿਆਂ ਵੱਲੋਂ ਉਹਦੇ 'ਤੇ ਕੋਈ ਕੀਤੀ ਹੈ ਸਾਰੇ ਫੈਕਟਸ ਜਿਹੜੇ ਵੈਰੀਫਾਈ ਕਰਨ ਤੋਂ ਬਾਅਦ ਕੇਸ ਰਜਿਸਟਰਡ ਕੀਤਾ ਇਹੋ ਜਿਹੀ ਕੋਈ ਗੱਲਬਾਤ ਨਹੀਂ ਨਾ ਕੋਈ ਫਾਇਰ ਹੋਈ ਅਤੇ ਨਾ ਹੀ ਕੋਈ ਜਾਤੀ ਸੂਚਕ ਕੋਈ ਗਾਲਾਂ ਕਹਿਣ ਨੂੰ ਕੱਢੀਆਂ ਅਤੇ ਸਿਰਫ ਇਹਨਾਂ ਦੀ ਪੁਰਾਣੀ ਰੰਜਿਸ਼ ਦੇ ਕਰਕੇ ਇਹ ਦੋਨੋਂ ਇੱਕ ਦੂਜੇ ਦੇ ਉੱਤੇ ਐਲੀਗੇਸ਼ਨ ਜਿਨ੍ਹਾਂ ਦੀ ਗੱਡੀ ਟੁੱਟੀ ਉਹਨਾਂ ਦਾ ਕਹਿਣਾ ਕਿ ਸਾਡਾ ਇਸ ਲੜਾਈ ਦੇ ਵਿੱਚ ਕੋਈ ਲੈਣ ਦੇਣ ਨਹੀਂ ਅਤੇ ਸਾਡੀ ਗੱਡੀ ਤੋੜੀ ਗਈ ਹੈ ਐਕਚੁਅਲੀ ਇਹਨਾਂ ਦੇ ਨਾਲ ਇੱਕ ਮੁੰਡਾ ਬੈਠਾ ਸੀ ਜੱਗੂ ਅੰਮ੍ਰਿਤਪਾਲ ਉਹਦੇ ਕਰਕੇ ਹੀ ਇਹ ਸਾਰਾ ਕੰਮ ਹੋਇਆ ਕਿ ਉਹਨੂੰ ਉਹਦੇ ਨਾਲ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆਉਂਦੀ ਅੰਮ੍ਰਿਤਸਰ ਤੋਂ ਸਨੀ ਸਖੋਤਾ ਦੀ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ ਪੋਲੀਟੀਕਲ ਇਸ਼ੂ ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ